ਮੱਕੀ ਫਸਲ ਦੀ ਖਰੀਦ ਦੇ ਸਰਕਾਰ ਨੇ ਪ੍ਰਬੰਧ ਮੁਕੰਮਲ ਕਰਕੇ ਖਰੀਦ ਸ਼ੁਰੂ ਕਰ ਦਿੱਤਾ ਹੈ ਤੇ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸੁੱਕਾ ਝੋਨਾ ਮੰਡੀਆਂ ਵਿੱਚ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਝੋਨਾ ਵੇਚਣ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਗੱਲਾਂ ਦਾ ਪ੍ਰਗਟਾਵਾ ਸੁੱਚਾ ਰਾਮ ਲੱਦੜ ਪ੍ਰਮੁੱਖ ਸਕੱਤਰ ਯੋਜਨਾ ਨੇ ਨਿਹਾਲ ਸਿੰਘ ਵਾਲਾ ਬਾਗਾ ਪੁਰਾਣਾ ਤੇ ਟਰੋਲੀ ਭਾਈ ਆਦਿ ਮੰਡੀਆਂ ਦੇ ਦੌਰੇ ਦੌਰਾਨ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਝੋਨਾ ਸਮੇਂ ਸਿਰ ਚੁੱਕਣ ਲਈ ਵਚਨਬੱਧ ਹੈ। ਸੁੱਚਾ ਰਾਮ ਲੱਦੜ ਮੁੱਖ ਸਕੱਤਰ ਨੇ ਅਨਾਜ ਮੰਡੀਆਂ ਵਿੱਚ ਖਰੀਦ ਕੇਂਦਰਾਂ ਦਾ ਦੌਰਾ ਕਰਨ ਉਪਰੰਤ ਕਿਹਾ ਕਿ ਮੋਗਾ ਜ਼ਿਲ੍ਹੇ ਦੀ 109 ਮੰਡੀਆਂ ਵਿੱਚ 80 ਮੰਡੀਆਂ ਦਾ ਦੌਰਾ ਕਰਕੇ ਆਏ ਨੇ ਜਿੱਥੇ ਵਧੀਆ ਕੰਮਕਾਰ ਚੱਲ ਰਿਹਾ ਹੈ। ਸੁੱਕੀ ਜੀਰੀ ਆ ਰਹੀ ਹੈ, ਕਿਸਾਨਾਂ ਨੂੰ ਲਿਫਟਿੰਗ ਬਾਰਦਾਨਾ ਆੜ੍ਹਤੀਆਂ ਦੀ ਪੇਮੈਂਟ ਦੀ ਕੋਈ ਸਮੱਸਿਆ ਪੇਸ਼ ਨਹੀਂ ਆ ਰਹੀ। ਜਦੋਂ ਇਸ ਸੰਬੰਧੀ ਆੜ੍ਹਤੀਆਂ ਨਾਲ ਝੋਨੇ ਦੀ ਖਰੀਦ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਹੀ ਖਰੀਦ ਹੋਣ 'ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਝੋਨੇ ਦੀ ਸਮੇਂ ਸਿਰ ਵਿਕਰੀ ਹੋਣ ਦੇ ਨਾਲ ਪੇਮੈਂਟ ਵਿੱਚ ਵੀ ਕੋਈ ਮੁਸ਼ਕਿਲ ਨਹੀਂ ਆ ਰਹੀ। ਉਹਨਾਂ ਕਿਹਾ ਕਿ ਮਾਰਕੀਟ ਕਮੇਟੀ ਦੇ ਗੇਟਾਂ 'ਤੇ ਝੋਨੇ ਦੀ ਨਮੀ ਚੈੱਕ ਕਰਨ ਲਈ ਮੀਟਰ ਲਗਾਏ ਗਏ ਨੇ ਜਿਸ ਦੇ ਝੋਨੇ ਵਿੱਚ ਨਮੀ ਦੀ ਮਾਤਰਾ ਨਿਰਧਾਰਿਤ ਨਾਪ ਦੰਡ ਤੋਂ ਵੱਧ ਪਾਈ ਜਾਂਦੀ ਹੈ ਉਸ ਦੀਆਂ ਟਰਾਲੀਆਂ ਵਾਪਸ ਕਰ ਦਿੱਤੀਆਂ ਜਾਂਦੀਆਂ ਨੇ। ਹਾਲ ਤੱਕ ਕੋਈ ਮੁਸ਼ਕਿਲ ਨਹੀਂ ਜੀ, ਉੱਥੇ ਮਾਰਕੀਟ ਕਮੇਟੀਆਂ ਦੇ ਮੁੱਖ 'ਚ ਚੈੱਕ ਕਰਨ ਵਾਸਤੇ ਬੰਦੇ ਬਿਠਾਏ ਹੋਏ ਜੀ। ਉਹ 17-17.5 ਦੇ ਢੇਰੀ ਅੰਦਰ ਅੰਡਰ ਢੇਰੀ ਆਉਣ ਨਹੀਂ ਦਿੰਦੇ ਜੀ, ਮਾਲ ਮੁੜੀ ਜਾਂਦੇ ਆ। ਸਰਕਾਰ ਦਾ ਇੰਨਾ ਵਧੀਆ ਪ੍ਰਬੰਧ ਆ, ਐਡਵਾਂਸ ਬਾਰਦਾਨਾ ਦਿੱਤਾ ਵਾ ਜੀ, ਜਿੰਨਾ ਮਾਲ ਸੁੱਕਾ ਆਉਂਦਾ 17-17 ਤੱਕ ਮੁੱਖ 'ਚ ਜਿਹੜਾ ਆਈ ਜਾਂਦਾ ਜੀ, ਸਰਕਾਰ ਉਹ ਖਰੀਦਦੀ ਆ ਖੁਸ਼ ਹੋ ਗਈ ਜੀ। ਪੇਮੈਂਟ ਸਾਨੂੰ 48 ਘੰਟੇ ਦੇ ਵਿੱਚ ਆਈ ਜਾਂਦੀ ਹੈ। ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ, ਚੱਕੂ ਬਾਰਦਾਨੇ ਨਾ ਕੋਈ ਬਾਰਦਾਨੇ ਸਮੱਸਿਆ ਨਹੀਂ, ਕੋਈ ਲਿਫਟਿੰਗ ਦੀ ਸਮੱਸਿਆ ਨਹੀਂ। ਜਿਹੜੇ ਪ੍ਰਬੰਧ ਕੀਤੇ ਗਏ ਨੇ ਖੁਸ਼ ਹਾਂ ਖੁਸ਼ ਹਾਂ ਜੀ ਅਸੀਂ ਸਰਕਾਰ ਦੇ ਉੱਤੇ। ਹੋਰ ਕੀ ਚਾਹੁੰਦੇ ਸਰਕਾਰ? ਬਸ ਠੀਕ ਹੈ ਜੀ, ਅਸੀਂ ਕਹਿੰਦੇ ਹਾਂ ਵੀ ਉਹ ਮੁੱਖ 'ਚ ਮੀਟਰ ਉਹ ਵੱਧ ਚੈੱਕ ਕਰਨ ਮਾਲ, ਵੀ 17 ਵਾਲਾ ਹੀ ਆਉਂਦੇ ਅਤੇ ਅਸੀਂ ਆਉਂਦਾ ਭਰੀ ਚਲੀਏ ਮਾਲ। ਦੇਖੋ ਮੋਗਾ ਦੇ ਵਿੱਚ ਟੋਟਲ 109 ਮੰਡੀਆਂ ਹੈ, ਜਿਨ੍ਹਾਂ ਦੇ ਵਿੱਚੋਂ ਅਜੇ ਸਾਡੇ ਕੋਲ ਤਕਰੀਬਨ 80 ਦੇ ਕਰੀਬ ਮੰਡੀਆਂ ਓਪਰੇਸ਼ਨਲ ਹੋ ਗਈਆਂ, ਔਰ 80 ਦੇ 80 ਮੰਡੀਆਂ ਦੇ ਵਿੱਚ ਜੈਂਟਸ ਜਿਹੜੀ ਹੈ ਸੁੱਕੀ ਆ ਰਹੀ ਹੈ, ਔਰ ਤਕਰੀਬਨ ਸਾਰੀਆਂ ਮੰਡੀਆਂ ਦੇ ਵਿੱਚ ਨਾ ਕੋਈ ਲਿਫਟਿੰਗ ਦੀ ਪ੍ਰੋਬਲਮ ਹੈ, ਨਾ ਬੋਲੀ ਦੀ ਪ੍ਰੋਬਲਮ ਹੈ, ਨਾ ਪੇਮੈਂਟ ਦੀ ਪ੍ਰੋਬਲਮ ਹੈ। ਸੋ ਪਰਮਾਤਮਾ ਦੀ ਕਿਰਪਾ ਹੈ ਕਿ ਮੌਸਮ ਅੱਛਾ ਹੈਗਾ, ਇਸ ਕਰਕੇ ਆਪਣਾ ਅੱਜ ਤਾਈਂ ਕੋਈ ਪ੍ਰੋਬਲਮ ਕਿਸੇ ਵੱਲੋਂ ਵੀ ਨਾ, ਕਿਸੇ ਵਰਗ ਵੱਲੋਂ ਵੀ, ਆੜ੍ਹਤੀਆਂ ਵੱਲੋਂ, ਨਾ ਲੇਬਰ ਵੱਲੋਂ, ਨਾ ਟਰਾਂਸਪੋਰਟ ਦੀ, ਨਾ ਬਾਰਦਾਨੇ ਦੀ, ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਸਾਹਮਣੇ ਨਹੀਂ ਆਈ ਹੈਗੀ। ਮੈਂ ਡਰੋਲੀ ਭਾਈ ਕੇ ਬਾਘਾ ਪੁਰਾਣਾ ਨਿਹਾਲ ਸਿੰਘ ਵਾਲਾ ਇਹ ਮੰਡੀਆਂ ਦੇਖੀਆਂ ਹੈਗੀਆਂ, ਪਹਿਲਾਂ ਵੀ ਅਜੀਤਵਾਲ ਅਤੇ ਮੋਗਾ ਅਤੇ ਆਪਣਾ ਧਰਮਕੋਟ ਮੰਡੀਆਂ ਦੇਖੀਆਂ ਸੀਗੀਆਂ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਸਾਹਮਣੇ ਨਹੀਂ ਆਈ ਹੈਗੀ, ਸੁਣਨ ਨੂੰ ਨਹੀਂ ਮਿਲੀ। ਸੋ ਮਾਨਯੋਗ ਮੁੱਖ ਮੰਤਰੀ ਜੀ ਨੇ ਸਾਡੀ ਸੀਨੀਅਰ ਅਫਸਰਾਂ ਦੀ ਡਿਊਟੀ ਲਗਾਈ ਹੈਗੀ ਆ, ਇੱਕ ਇੱਕ ਜ਼ਿਲ੍ਹਾ ਵੰਡਿਆ ਕਿ ਤੁਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਦੇਖ ਕੇ ਆਓ। ਸੋ ਅਸੀਂ ਆਏ ਹੈਗੇ ਹਾਂ ਅਤੇ ਮੋਗੇ ਜ਼ਿਲ੍ਹੇ ਦੀ ਇੱਕ ਥੋੜ੍ਹੀ ਜਿਹੀ ਹੈਗੀ ਆ ਕਿ ਇੱਥੇ ਅਜੇ ਆਮਦ ਪਿਕਅਪ ਕਰ ਰਹੀ ਹੈ, ਆਉਣ ਵਾਲੇ 10 ਹਫ਼ਤਿਆਂ ਦੇ ਵਿੱਚ ਮੈਂ ਸਮਝਦਾ ਕਿ ਇੱਥੇ ਬਹੁਤ ਜ਼ਿਆਦਾ ਰਸ਼ ਪੈਣ ਵਾਲਾ ਹੈਗਾ। ਮੋਗਾ ਤੋਂ ਜਾਟ ਟੀਵੀ ਨਿਊਜ਼ ਦੇ ਲਈ ਜੋਗਿੰਦਰ ਸਿੰਘ ਦੀ ਰਿਪੋਰਟ।